ਮਾਰੇ ਕਹਿੰਦੇ ਪਰਮਾਤਮਾ ਨੇ ਇੱਕ ਮਾਇਆ ਪੈਦਾ ਕੀਤੀ ਹੋਈ ਹੈ। ਆਪਾਂ ਲੋਕ ਜਦੋਂ ਵੀ ਮਾਇਆ ਸ਼ਬਦ ਸੁਣਦੇ ਹਾਂ ਤਾਂ ਧਿਆਨ ਪੈਸਿਆਂ ਵੱਲ ਚਲਿਆ ਜਾਂਦਾ, ਪਰ ਪਿਆਰੇ ਜੇ ਇੰਨਾ ਸੌਖਾ ਹੁੰਦਾ ਨਾ ਮਾਇਆ ਨੂੰ ਸਮਝਣਾ, ਤਾਂ ਵੱਡੇ ਵੱਡੇ ਰਿਸ਼ੀ ਮੁਨੀ ਜਿਹੜੇ ਬੜੇ ਹੋਏ ਨੇ ਪਿਆਰੇ, ਜਿਨ੍ਹਾਂ ਇਸ ਮਾਇਆ ਨੂੰ ਪੈਸੇ ਨੂੰ ਤਿਆਗਿਆ, ਪੈਸੇ ਨੂੰ ਉਹਨਾਂ ਤਿਆਗ ਕੇ ਪਿਆਰੇ ਉਹ ਸੰਸਾਰ ਵਿੱਚ ਵਿਚਰਨਾ ਕੀਤਾ, ਪਰ ਉਹ ਫਿਰ ਵੀ ਮਾਇਆ ਵਿੱਚ ਫਸੇ ਰਹਿ ਗਏ। ਮਾਰੇ ਕਹਿੰਦੇ ਬ੍ਰਹਮਾ ਵਿਸ਼ਨ ਮਹੇਸ਼ ਤ੍ਰੈ ਗੁਣ ਰੋਗੀ ਵਿੱਚ ਮਾਇਆ ਕਾਰ ਕਮਾਈ। ਮਾਰੇ ਕਹਿੰਦੇ ਐਡੇ ਵੱਡੇ ਦੇਵਤੇ ਜਿਹੜੇ ਆ ਉਹਨਾਂ ਮਾਇਆ ਵਿੱਚ ਕਾਰ ਕਮਾਈ, ਹੁਣ ਵੇਖਿਆ ਜਾਵੇ ਉਹਨਾਂ ਕੋਲ ਤਾਂ ਆ ਪੈਸੇ ਵਗੈਰਾ ਹੈ ਨਹੀਂ ਸੀ, ਫਿਰ ਉਹ ਕਿਹੜੀ ਮਾਇਆ ਹੋਈ? ਉਹ ਮਾਇਆ ਜਿਹੜੀ ਪਾਤਸ਼ਾਹ ਜੀ ਕਹਿ ਰਹੇ ਨੇ, ਮਾਰੇ ਕਹਿੰਦੇ ਐਸੀ ਠਗੌਰੀ ਪਾਏ ਭੁਲਾਵੈ ਮਨ ਸਭ ਕਹਿ ਲੱਗਿਆ ਮਿੱਠੀ। ਇੱਕ ਠੱਗਣੀ ਹੈ ਜਿਹੜੇ ਪਿਆਰੇ ਸਾਰਿਆਂ ਦੇ ਮਨ ਨੂੰ ਮਿੱਠੀ ਲੱਗਦੀ, ਪਰ ਨਾਲ ਇਹ ਵੀ ਦੱਸਿਆ ਮਾਰੇ ਕਹਿੰਦੇ ਇਹ ਐਸੀ ਆਗਿਆ ਐਸੀ ਮਾਇਆ ਜਿਹੜੀ ਗੁੱਝੀ ਹੈ, ਜਿਹੜੀ ਸਾਹਮਣੇ ਪ੍ਰਤੱਖ ਨਹੀਂ ਗੀ। ਮਾਰੇ ਕਹਿੰਦੇ ਨਾ ਸੁਣੀਆ ਨਾ ਮੁੱਖ 'ਤੇ ਬਕੀ ਹੈ ਨਾ ਮੋਹੇ ਉਹਨ ਡੀਠੀ, ਉਹ ਵੇਖਦੀ ਨਹੀਂ ਇੱਦਾਂ ਇਹਨਾਂ ਅੱਖਾਂ ਦੇ ਨਾਲ ਮਾਇਆ ਜਿਹੜੀ, ਪਰ ਫਿਰ ਵੀ ਪਾਤਸ਼ਾਹ ਕਹਿੰਦੇ ਮੋਹ ਰਹੀ ਹੈ ਸਾਰਿਆਂ ਨੂੰ। ਗੁਰੂ ਅਮਰਦਾਸ ਦੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇੱਦਾਂ ਦੀ ਹੈ ਪਿਆਰੇ ਇਹ ਮਾਇਆ। ਮਹਾਰਾਜ ਕਹਿੰਦੇ ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾਂ ਜੱਗ ਖਾਇਆ। ਮਹਾਰਾਜ ਕਹਿੰਦੇ ਉਹਦੇ ਦੰਦ ਵੀ ਕੋਈ ਨਹੀਂ ਹੈਗੇ, ਫਿਰ ਵੀ ਖਾਈ ਜਾਂਦੀ ਹੈ ਸਾਰੇ ਸੰਸਾਰ ਨੂੰ। ਕੋਈ ਵੀ ਚੀਜ਼ ਖਾਣੀ ਹੋਵੇ ਦੰਦਾਂ ਦੀ ਲੋੜ ਪੈਂਦੀ ਹੈ, ਨਹੀਂ ਤਾਂ ਜ਼ਿਆਦਾਤਰ ਉਹ ਵੇਖ ਲਓ ਜਿਹੜੇ ਬਜ਼ੁਰਗ ਹੋ ਜਾਂਦੇ ਦੰਦਾਂ ਦਾ ਨਾ ਮੂੰਹ 'ਚ ਰਹਿਣ, ਤਾਂ ਉਹ ਕਹਿੰਦਾ ਪੀ ਕੇ ਦੇ ਮੈਨੂੰ, ਉਹਨੂੰ ਪੀ ਕੇ ਪੀਸ ਕੇ, ਕਿਉਂਕਿ ਚੱਬ ਨਹੀਂ ਸਕਦਾ ਖਾ ਨਹੀਂ ਸਕਦਾ ਉਹਨੂੰ ਪੀਵੇਗਾ ਫਿਰ, ਕਿਉਂ? ਕਿਉਂਕਿ ਖਾਣ ਲਈ ਤਾਂ ਦੰਦਾਂ ਦੀ ਲੋੜ ਪੈਂਦੀ। ਗੁਰੂ ਅਮਰਦਾਸ ਮਹਾਰਾਜ ਕਹਿੰਦੇ ਪਰ ਮਾਇਆ ਐਸੀ ਮੋਹਣੀ ਆ ਭਾਈ, ਬਿਨਾਂ ਦੰਦਾਂ ਤੋਂ ਹੀ ਸਾਰੇ ਦੁਨੀਆਂ ਨੂੰ ਖਾਈ ਜਾਂਦੀ, ਜਿਨ ਵਿਣ ਦੰਤਾਂ ਜੱਗ ਖਾਇਆ। ਪਰ ਨਾਲ ਇੱਕ ਉੱਥੇ ਗੁਰੂ ਅਮਰਦਾਸ ਨੇ ਸਾਨੂੰ ਗੱਲ ਸਮਝਾਈ ਵੀ ਪਾਤਸ਼ਾਹ ਕਹਿੰਦੇ ਮਨਮੁੱਖ ਖਾਧੇ, ਮਨਮੁੱਖਾਂ ਨੂੰ ਖਾਇਆ, ਖਾਧਾ ਉਹਨੇ, ਪਰ ਜਿਹੜੇ ਗੁਰਮੁਖ ਨੇ ਗੁਰਮੁਖ ਉਭਰੇ, ਜਿਹੜੇ ਗੁਰਮੁਖ ਨੇ ਉਹ ਉਭਰ ਗਏ, ਉਹਨਾਂ ਨੂੰ ਖਾ ਨਹੀਂ ਸਕੀਏ, ਕਿਉਂ? ਪਾਤਸ਼ਾਹ ਕਹਿੰਦੇ ਜਿਹਨੇ ਸੱਚ ਨਾਮ ਚਿੱਤ ਲਾਇਆ, ਜਿਨ੍ਹਾਂ ਨੇ ਵਾਹਿਗੁਰੂ ਦੇ ਸੱਚੇ ਨਾਮ ਦੇ ਵਿੱਚ ਆਪਣੇ ਚਿੱਤ ਨੂੰ ਜੋੜ ਲਿਆ। ਇੱਥੇ ਗੁਰੂ ਸਾਹਿਬ ਕਹਿ ਰਹੇ ਗੁੱਝੀ ਭਾਹੇ ਜਲੈ ਸੰਸਾਰਾ, ਗੁੱਝੀ ਭਾਅ ਜਿਹੜੀ ਹੈ ਅੱਗ ਜਿਹੜੀ ਗੁੱਝੀ ਹੈ, ਅਤੇ ਸਾਰਾ ਸੰਸਾਰ ਇਹਦੇ ਵਿੱਚ ਸੜਦਾ ਪਿਆ। ਪਰ ਨਾਲ ਹੀ ਕਹਿੰਦੇ ਭਗਤ ਨਾ ਵਿਆਪੈ ਮਾਇਆ, ਜਿਹੜੇ ਰੱਬ ਦੇ ਭਗਤ ਨੇ ਉਹਨਾਂ ਨੂੰ ਪਿਆਰੇ ਮਾਇਆ ਜਿਹੜੀ ਹੈ ਨਹੀਂ ਵਿਆਪਦੀ। ਸੋ ਆਪਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਦੇ ਨਾਲ ਅੱਜ ਪਿਆਰਿਓ ਕਵਿਤਾ ਜਿਹੜੀ ਵਿੱਚ ਰਹਿ ਗਈ ਸੀ ਆਪਾਂ ਵਿਚਾਰ ਰਹੇ ਸਾਂ, ਉਹਦੇ ਨਾਲ ਪੰਜਾਂ ਕੁ ਮਿੰਟਾਂ ਦੇ ਵਾਸਤੇ ਜੁੜਨ ਦਾ ਯਤਨ ਕਰੀਏ। ਆਪ ਜੀ ਦੇ ਚਰਨਾਂ ਵਿੱਚ ਪਿਆਰਿਓ ਮੈਂ ਬੇਨਤੀ ਕਰ ਰਿਹਾ ਸਾਂ ਕਿ ਭਾਈ ਅੱਡਾ ਜੀ ਛਾਪ ਵਾਲੇ ਕਵੀ ਜਿਹੜੇ ਹੋਏ, ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਲੱਖੀ ਜੰਗਲ ਦੇ ਵਿੱਚ ਸਜੇ ਹੋਏ ਦੀਵਾਨ ਦੇ ਵਿੱਚ ਭਾਈ ਵੀਰ ਸਿੰਘ ਜੀ 'ਤੇ ਲਿਖਦੇ ਆ, ਇੱਕ ਦਿਨ ਮਹਾਰਾਜ ਬੈਠੇ ਸਨ ਰੰਗ ਦੇ ਵਿੱਚ, ਆਇਆ ਨੇ ਮਾਝ ਰਾਗ ਦੇ ਵਿੱਚ ਕੁਝ ਬਚਨ ਉਚਾਰਨ ਕੀਤੇ, ਉਹਨਾਂ ਬਚਨਾਂ ਨੂੰ ਸੁਣ ਕੇ ਭਾਈ ਅੱਡਾ ਜੀ ਦੇ ਮਨ ਦੇ ਵਿੱਚ ਵੀ ਉਛਾਲਾ ਆਇਆ ਪ੍ਰੇਮ ਦਾ, ਅਤੇ ਉਹਨਾਂ ਵੀ ਫਿਰ ਕਵਿਤਾਵਾਂ ਗਾਈਆਂ, ਦੋ ਕਵਿਤਾਵਾਂ ਛੋਟੀਆਂ ਛੋਟੀਆਂ ਜਿਹੜੀਆਂ ਆਪਾਂ ਵਿਚਾਰਾਂ ਜਿਹੜੀਆਂ ਕੁਝ ਪੰਕਤੀਆਂ ਦੀਆਂ ਉਹ ਸਾਂਝੀਆਂ ਕੀਤੀਆਂ ਸੀ। ਅਤੇ ਪਿਆਰਿਓ ਅੱਜ ਦੀ ਵਿਚਾਰ ਜਿਹੜੀ ਆ ਭਾਈ ਵੀਰ ਸਿੰਘ ਲਿਖਦੇ, ਕਹਿੰਦੇ ਭਾਈ ਅੱਡਾ ਜੀ ਜਦੋਂ ਇਹ ਸੱਦ ਦੇ ਚੁੱਕੇ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਗੁਣ ਉਹਨਾਂ ਜਦੋਂ ਗਾਏ ਨਾ, ਤਾਂ ਉਹ ਜਦੋਂ ਸੱਦ ਦੇ ਚੁੱਕੇ ਆ ਅਤੇ ਕਵੀ ਬਿਹਾਰੀ ਛਾਪ ਵਾਲੇ ਉਹ ਬੋਲੇ ਨੇ, ਉਹਨਾਂ ਕੀ ਬੋਲਿਆ? ਕਹਿਣ ਲੱਗੇ ਯਾਰ ਯਾਰਾਂ ਕੋਲੋਂ ਵਿਦਾ ਜੋ ਮੰਗਦੇ ਆਖ ਦਿਖਾ ਕੀ ਕਰੀਐ। ਜਦੋਂ ਕਿਤੇ ਜਿਹਦੇ ਨਾਲ ਪ੍ਰੇਮ ਹੁੰਦਾ ਉਹ ਜਦੋਂ ਕਿਤੇ ਵਿਦਿਆ ਮੰਗਦਾ ਤਾਂ ਫਿਰ ਕੀ ਕਰੀਏ, ਪ੍ਰੇਮ ਆ ਸਨੇਹ ਦੀਆਂ ਗੱਲਾਂ ਨੇ ਪਿਆਰੇ। ਹੁਣ ਉਹਨਾਂ ਨੇ ਕਿਹੜੀ ਅਵਸਥਾ ਵਿੱਚ ਇਹ ਗਾਇਆ ਹੈ ਇਹ ਤਾਂ ਉਹੀ ਜਾਣਦੇ, ਜਾਂ ਫਿਰ ਉੱਥੋਂ ਤੱਕ ਜਿਨ੍ਹਾਂ ਦੀ ਸੁਰਤ ਪਹੁੰਚ ਸਕਦੀ ਹੈ ਉਹ। ਸਿਰ ਨੂੰ ਕੱਟ ਰਿਸਾਲ ਬਣਾਈ ਹੈ ਪੇਸ਼ ਮਿੱਤਰਾਂ ਦੀ ਧਰੀ ਹੈ, ਕਹਿੰਦੇ ਇੱਥੋਂ ਤੱਕ ਆਪਣਾ ਸਿਰ ਵੀ ਕੱਟ ਕੇ ਤੋਹਫ਼ਾ ਜਿਹੜਾ ਆਪਣੇ ਮਿੱਤਰਾਂ ਦੀ ਪੇਸ਼ ਕਰਦੀ ਹੈ ਵੀ ਛੋਟਾ ਹੈ। ਮਾਰੇ ਕਿਰਪਾ ਕਰਨ ਕਹਿਣ ਲੱਗੇ ਜੇ ਸਿਰ ਦਿੱਤੇ ਰਾਜੀ ਥੀ ਬਨ ਸਿਰ ਦੇਂਦੇ ਢਿੱਲ ਨਾ ਕਰੀਆ। ਜੇਕਰ ਪਿਆਰਿਓ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਡਾ ਸੀਸ ਭੇਟਾ ਲੈ ਕੇ ਖੁਸ਼ ਹੋ ਜਾਵੇ ਨਾ ਐਸਾ ਮਿੱਤਰ ਅਤੇ ਢਿੱਲ ਨਾ ਲਾਇਓ।
प्यारिओ वेखो ये प्रेम की गल की है कि सिर जड़ा है जे ये भेटा दे के भी गुरु खुश हो जाता है तो बड़ी कोई वड्डी गल नहीं कि शीस बड़ा वड्डी चीज़ देती आप। कई लोग गलां करते हैं कि शीस दे के अमृत लिया नहीं प्यारिओ गुरु वास्ते ये शीस भेटा जेड़े तो गुरु की कृपा होवे तो प्यारिओ गुरु प्रवान करदा। बाणी विच गुरु साहब ने बचन भी लिखिया महाराज कहिंदे सतगुर आगे शीस भेट देऊ जे सतगुर सच्चे भाव है जे सच्चे गुरु नूं भा जावे ते तां आ अपना शीस भेटा देईए उदां ते शीस भी गुरु प्यारे परवान नहीं हुंदा छेती कीते। महाराज सच्चे पातशाह ने कृपा कीती उह कहिण लगा कहिंदा कि जे सिर दिते राजी थी बना जे सिर दित्तिआं राजी हो जावे ना मित्र सिर देंदे ढिल ना करिए सिर सदके कुरबान बिहारी जे बिच निगाहां दे मरिए जे उहदी निगाह दे विच आ जाइए ऐसी मोहत जिहड़ी है ते सिर सदके कुरबान कुरबान आ गुरु तो आपां बाणी पढ़ी जाने आ प्यारे पढ़ी जाने हो कुरबाने जाओ मेहरबाना हो कुरबाने जाओ हो वारी वंजे खन्ने वंजा इदा बार ने बलिहार ने लख बरिया बड़ी वारी वारे जाण दा शब्द आउंदा पर आ असल विच वारे जाना। भाई बिहारी जी जो कह रहे ने कहिंदे ने जेकर गुरु दी निगाह दे विच आ जाइए दृष्टि विच आ जाइए ते मौत जिहड़ी है ते प्यारिओ वह भी सिर सदके है कुरबान है जिहड़ी मौत है वह भी कबूल है। तां ही बाणी विच महाराज ने आख्या पहला मरन कबूल जीवन की छड़ आस। एक वह मौत है शरीर की एक अपने अंदर की मौत है। ये अंदर की मौत हो पई है अंदरला आपा भाव होमे हंकार सब कोई मर चुका है ता ये प्यारे बचन उचार सकता कोई नहीं तो मूँह तो हर कोई बोल दिंदा पर हिरदे विचों ये बचन निकलने बड़ी औखी गल आ। हुण जदों ये शब्द उचारिया तो नाल ही माझ की सद जां जदों रुक गई तो प्यारे फिर एक लाल कवि जी बोले लाल लिखिया वह बोले कहिंदे महबूबा दे दर्शन कारण सुरमा आप पिसाया अपने महबूब साईं दे दर्शन दे वास्ते अपने शरीर का सुरमा पिसा दिता दे दे धमका निका कीता पत्थर जोर सहाया। जिहड़ा प्यार जो सुरमा बनाया जाता किदा उन्हूं पीसिया जाता आ किदा उहदे ते चोट पैंदी है उहदी गल कीती है कि पत्थर दे नाल उहदा उन्हूं पीया गया उस शरीर नूं। कहिंदे इदां दा जे कष्ट भी झलना पै जावे तो प्रेम जे प्रे प्यारा जिहड़ा इह सुरमे नूं प्रवान कर लवे बस ज्यों ज्यों कसे त्यों त्यों रसे चढ़दा रूप सवाया जिन्ना उह सुरमे नूं प्यार पीया जांदा ना उन्ना ही उह सुरमा वधिया बणदा। इदां ही कहिंदे शरीर जिहड़ा है इहदा मैं सुरमा बना देवां लाल ख्याल मोया फिर जीवे जां चश्मा अदा खुलिआया। ये फिर मोया होया उदों जीवेगा जदों गुरु के दर ते प्रवान। ये बचन जिहड़ा गुरबाणी विच भी गुरु साहब ने इदां करके लिखिया होया कबीर मेहंदी करके घल्लिया आप पिसाए पिसाए तैसे बात न पुछिया कबू ना लाई पाए। कि जेकर आप अपने आप नूं ना प्यारिओ बड़ा कट अपने आप नूं तपा के अपने आप नूं दुख तकलीफां दे के गुरु के दर प्रवान होण वास्ते जाइए तो प्रवान ना हो प्रवान होना जा ना होना ये तो वह दाते की मर्जी है ना। जे आप कहीए कि मैं तकलीफां देवांगा अपने आप नूं मैं सारे दुख झल लवांगा प्यारा प्रवान कर लवे कहिंदे ये अपना जोर नहीं कि रब प्रवान करेगा कि नहीं ये तो मालक की मर्जी है। अपने आप नूं बड़ा दुख बड़िया तकलीफां दित्तियां पर ये परमात्मा ने फिर भी सानू प्रवान नहीं किया। महाराज सच्चे पातशाह नाल ही बचन उचार देंदे भाई प्यार दी खेड आ जो प्यारा रीझ जांदा तो वह अपने चरणों नाल ला भी लैंदा। इत्थे भी प्यार दीआं गल्लां करदे आ हुण ये जो धुन मुक्की आ तो मगरों बिहारी छाप वाले कवि फिर बोले इस नेहा मैंडे सतगुर वाले मेरे सीने अंदर पुड़िया हुण तां मुड़िया बणदी नाही जां सनमुख मत्था जुड़िया। हुण कहिंदे मुड़न दे नाल ते गल बणदी नहीं क्योंकि सतगुर दे सनमुख हो गए हैं। जिवें आपां उदन विचारदे सां कि 40 जिहड़े मुक्त कीते आ गुरु साहिबां ने उह प्यारे उत्थों मुड़ आए आनंदपुर साहिब तों पर जदों अपने घरां च आए तो की महसूस हुंदा अपनी आत्मा नूं
कि गुरु तो मुड़ के गुरु तो बेमुख हो के हुण गल बननी नहीं, ये घर चंगे लगने ही नहीं, ये जीवन चंगा लगना ही नहीं, खाना पीना सौना हसना कुछ भी चंगा नहीं लगना। क्यों? इत्थे आ भी बचन आ रहा कहिंदे हुण तां मुड़िया बनदी नहीं, प्रेम इन्ना कलगियां वाले दे नाल पै गया कि सतगुरु तेरा दर्शन ही सब कुछ आ मेरे वास्ते, तेरा नाम ही सब कुछ, तेरी सेवा ही सब कुछ आ मेरे वास्ते। जेकर तेरी सेवा, तेरा नाम, तेरी भजन बंदगी, तेरी कृपा मेरे ते है ना, ते मेरे कोल सब कुछ जिहड़ा जो कुछ भी हैगा महाराज वह मैनू खुशी देवेगा। पर जे तू नहीं ते महाराज सब कुछ जिहड़ा आ वह व्यर्थ दिसदा। यही इन्हां उचालियां नूं भी लगा जदों घर आए ते महाराज तेरे तो बिना आ घर ते कुछ नहीं, तेरे तो बिना जिंद ते जी के की करेगी, कुछ नहीं हैगी। फिर गए कुरबान होने वास्ते ते इदा कुरबान होए प्यारिओ, रहिंदी दुनिया तक उन्हां दी जय जयकार दा डंका वजदा रहेगा। मारे कृपा करन कहन लगे हुण तां मुड़िया बनदी नाहीं, जां सनमुख मत्था जुड़िया, पन्नी पन्नी पत्तण मंजा अगों बेड़ा हुड़िया, तिन्हां नालों टुट्टियां चंगेरे सिदक जिन्हां दा मुड़िया। इत्थे किड्डी वड्डी गल लिखी है कि उन्हां दे नालों ते टुट्टे हुए लोग चंगे ने जिन्हां दा सिदक टुट जांदा है, भाव जिहड़े प्यारे दे हो के ते फिर टुट जाण, उन्हां दे नालों ते जिहड़े पहलां ही टुट्टे पए जिहड़े कदे जुड़े नहीं उह चंगे ने, उह चंगे ने। तां ही महाराज कृपा करन बाबा फरीद साहब ने लिखिया कहिंदे फरीदा जां कुवारी तां चाओ, जदों कुवारी सां उदों विआह दा चा सी, विवाही तां मामले हुण जे विआह हो गया उह चा पता नहीं कित्थे गया, हुण मामले पै गए, आपणे जिहड़ियां जिम्मेवारियां आ गईआं कई तरह दियां। पर यह गल प्यार कीती अध्यात्मक दी कि जदों रब दे नाल जुड़ी नहीं सां, भाव कुवारी दा अर्थ आ जदों रब नाल अजे जुड़ी नहीं सां, प्रेम नहीं सी, रब दा पता नहीं सी, उदों चाह सी कि प्यारा मिल जावे। पर जे हुण मिल गया तो हुण मामले पे, की मामले कि मना आ गलती ना कर देवी, आ भुल ना कर दी, प्यारा रुस जाएगा। ये प्यार प्रेम दियां खेडां ने सतगुरु कृपा करन। पहले मेरा दिल करदा सी कि ये कवितावां याद नहीं हुंदियां ते इन्हां नूं छड के ते अगला प्रसंग शुरू करिए, पर जदों पढ़ियां प्यारियो ते मन ने खिच खाधी कि नहीं, जिन्हें गाईआं जिन्हां ने लिखियां किन्नी भावना नाल लिखियां ने, ये जरूर गुरु की संगत तक पहुँचनियां चाहीदियां। गुरु गोबिंद सिंह महाराज दे प्रेमियां दियां गल्लां ने, ये एवें छड के नहीं जानियां चाहीदियां। सो मन विच चाह आया तो प्यारो मैं जरूर यतन किया जिनी कु समझ पई है तुहाडे नाल सांझी कीती है। कल नू शायद इन्हां कविता जो गा रहे ने इहदी समाप्ति हो जाए, फिर परसों आपां प्रसंग आरंभ करांगे। गुरु साहब कृपा करन इदां दा प्रेम किते साडे हिरदयां दे विच वी जागे ते जिंदगी जीण दा आनंद आवे। भुल्ला चुका दिखे माँ। वाहिगुरू जी का खालसा। वाह